ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਹਰਾ ਸਲਾਦ ਬਣਾਉਣ ਲੱਗੇ ਆਂ ਇਹ ਸਿਰਫ ਸਬਜ਼ੀਆਂ ਤੋਂ ਬਣਾ ਰਹੇ ਆਂ ਹੋਰ ਆਪਾਂ ਕੁਝ ਫਰੂਟ ਨਹੀਂ ਯੂਜ਼ ਕੀਤੇ ਇਹਦੇ ਵਿੱਚ ਇਹਨੂੰ ਅੱਛੀ ਤਰ੍ਹਾਂ ਪਹਿਲਾਂ ਸਬਜ਼ੀਆਂ ਨੂੰ ਸਾਰੀਆਂ ਨੂੰ ਧੋ ਲੈਣ ਵਾਸ਼ ਕਰ ਲੈਣ ਚੱਲਦੇ ਪਾਣੀ ਦੇ ਵਿੱਚ ਫਿਰ ਇਹਨਾਂ ਨੂੰ ਆਪਾਂ ਛੋਟੇ-ਛੋਟੇ ਪੀਸ ਦੇ ਵਿੱਚ ਜਿੱਦਾਂ ਆਪਾਂ ਜੂਸ ਕਰਦੇ ਆਂ ਸਬਜ਼ੀ ਕੱਟਦੇ ਆਂ ਕਯੂਬਸ ਦੇ ਵਿੱਚ ਕੱਟ ਲੈਣ ਛੋਟੇ-ਛੋਟੇ ਪੀਸ ਦੇ ਵਿੱਚ ਆਈ ਥਿੰਕ ਇਹ ਸਾਰੀਆਂ ਸਬਜ਼ੀਆਂ ਆਪਣੇ ਅਵੇਲੇਬਲ ਹੁੰਦੀਆਂ ਹੀ ਆ ਘਰ ਵਿੱਚ ਆਪਾਂ ਇਹਨਾਂ ਦੀ ਸਲਾਦ ਬਣਾਉਣੀ ਹੈ ਅੱਜ ਇੱਕ ਬਾਉਲ ਲੈ ਲੈਣੇ ਉਹਦੇ ਵਿੱਚ ਮੈਂ ਪੱਤੇ ਪਾ ਰਹੀ ਹਾਂ ਕੋਜਲੇਟਸ ਤੇ ਤੁਸੀਂ ਚਾਹੇ ਚਾਹ ਹੁੰਦਾ ਇਹਦੇ ਵਿੱਚ ਆਪਾਂ ਸਪਿਨਚ ਪਾ ਸਕਦੇ ਹਾਂ ਪਾਲਕ ਫਿਰ ਮੈਂ ਇੱਥੇ ਗਾਜਰਾਂ ਲੈ ਰਹੀ ਹਾਂ ਕ੍ਰਸ਼ ਕੀਤੀਆਂ ਹੋਈਆਂ ਨੇ ਕद्दूकस ਕੀਤੀਆਂ ਨੇ ਫਿਰ ਆਪਾਂ ਇੱਥੇ ਲੈ ਲੈਣੀਆਂ ਥੋੜੀ ਜਿਹੀ ਟਮਾਟਰ ਟਮਾਟਰ ਲੈ ਲੈਣੇ ਹੁਣ ਆਪਾਂ ਪਾਵਾਂਗੇ ਥੋੜੀ ਜਿਹੀ ਖੀਰੇ ਖੀਰੇ ਵੀ ਮੈਂ ਸਲਾਈਸ ਕੀਤੇ ਨੇ ਛੋਟੇ ਛੋਟੇ ਦੋ ਪੀਸ ਦੇ ਵਿੱਚ ਕੱਟ ਲਓ ਜਿੱਦਾਂ ਗੋਲ ਕੱਟਦੇ ਆ ਪਹਿਲਾਂ ਫਿਰ ਆਪਾਂ ਇਹਨੂੰ ਹਾਫ ਹਾਫ ਕਰ ਦਿੱਤੇ ਛੋਟੇ ਛੋਟੇ ਪੀਸ ਦੇ ਵਿੱਚ ਕੱਟੇ ਹੋਏ ਨੇ ਹੁਣ ਆਪਾਂ ਥੋੜੀ ਜਿਹੀ ਇੱਥੇ ਸ਼ਿਮਲਾ ਮਿਰਚ ਲਵਾਂਗੇ ਤੁਸੀਂ ਚਾਹੋ ਤਾਂ ਹਰੀਆਂ ਲੈ ਲਿਓ ਪਰ ਮੇਰੇ ਕੋਲ ਅੱਜ ਲਾਲ ਹੀ ਨੇ ਤਾਂ ਮੈਂ ਰੈਡੀ ਯੂਜ਼ ਕਰ ਰਹੀ ਹਾਂ ਲਾਲ ਸ਼ਿਮਲਾ ਮਿਰਚ ਨੇ ਇਹ ਪਾ ਦਿੰਦੀ ਆ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਐਵੋ ਐਵੋਕਾਡੋ ਆਸਾਨੀ ਨਾਲ ਮਿਲੇ ਜਾਂਦਾ ਹੁਣ ਅੱਜਕੱਲ ਪਰ ਜੇ ਮਹਿੰਗਾ ਹੁੰਦਾ ਸਕਿਪ ਕਰ ਸਕਦੇ ਹਾਂ ਪਰ ਜੇ ਠੀਕ ਠਾਕ ਗ੍ਰੇਡ ਹੋਵੇ ਤਾਂ ਖਾਣੇ ਚਾਹੀਦਾ ਹੈ ਵੀ ਬਹੁਤ ਵਧੀਆ ਹੁੰਦਾ ਹੁਣ ਪਿਆਜ਼ ਪਾ ਦਿੰਨੇ ਆ ਥੋੜੀ ਜਿਹੀ ਪਿਆਜ਼ ਮੈਂ ਬਹੁਤ ਨਹੀਂ ਪਾਰੀ ਬਹੁਤ ਕੜਵੇ ਹੁਣ ਆਪਾਂ ਇੱਥੇ ਪਾਵਾਂਗੇ ਧਨੀਏ ਦੇ ਪੱਤੇ ਥੋੜੇ ਜਿਹੀ ਧਨੀਏ ਦੇ ਪੱਤੇ ਪਾ ਦਿੰਨੇ ਆ ਇਹ ਰਿਹਾ ਆਪਾਂ ਬ੍ਰੋਕਲੀ ਦੇ ਪੀਸ ਲੈਨੇ ਆ ਵਾਸ਼ ਕੀਤੀ ਐ ਚੰਗੀ ਤਰ੍ਹਾਂ ਵਾਸ਼ ਕਰ ਲਿਆ ਇਸ ਨੂੰ ਇਹ ਬਹੁਤ ਚੰਗੀ ਤਰ੍ਹਾਂ ਧੋਣੀ ਪੈਂਦੀ ਐ ਦੇ ਵਿੱਚ ਰੇਤਾ ਹੁੰਦਾ ਨਾ ਤਾਂ ਹੁਣ ਆਪਾਂ ਇੱਥੇ ਇੱਕ ਡਰੈਸਿੰਗ ਪਾਵਾਂਗੇ ਜਿਹੜੀ ਕਿ ਮੈਂ ਧਨੀਏ ਅਤੇ ਆਪਾਂ ਨਿੰਬੂ ਮਿਕਸ ਕਰਕੇ 올ਿਵ ਆਇਲ ਦੇ ਵਿੱਚ ਮਿਕਸ ਕਰ ਲੈਂਦੀ ਐ ਬਹੁਤ ਹੀ ਵਧੀਆ ਬਣਦੀ ਐ ਡਰੈਸਿੰਗ ਦੇਖੋ ਫਰੈਂਡ ਜੀ ਕਿੰਨਾ ਸੋਹਣਾ ਲੱਗਦਾ ਸੈਲਡ ਬਣਿਆ ਹੋਇਆ ਖਾਂਚ ਵੀ ਬਹੁਤ ਸਵਾਦ ਐ ਧੰਨਵਾਦ ਵੀਡੀਓ ਦੇਖਣ ਲਈ ਪਲੀਜ਼ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮੇਰਾ ਚੈਨਲ ਥੈਂਕ ਯੂ ਸੋ ਮੱਚ